ਜਲੰਧਰ ਦੀ ਬਹੁ ਚਰਚਿਤ ਸੂਰਿਆ ਇਨਕਲੇਵ ਕਲੋਨੀ ਅਕਸਰ ਹੀ ਚਰਚਾਵਾਂ 'ਚ ਰਹਿੰਦੀ ਹੈ ਅਤੇ ਇੱਕ ਵਾਰ ਫਿਰ ਇੱਥੋਂ ਦੇ ਰਹਿਣ ਵਾਲੇ ਲੋਕਾਂ ਲਈ ਜਲੰਧਰ ਇੰਪਰੂਵਮੈਂਟ ਟਰੱਸਟ ਨੇ ਨਵੀਂ ਹੀ ਮੁਸੀਬਤ ਖੜੀ ਕਰ ਦਿੱਤੀ ਹੈ। ਦਰਅਸਲ ਸੂਰਿਆ ਇਨਕਲੇਵ 'ਚ ਰਹਿਣ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਟਰੱਸਟ ਦੁਆਰਾ ਪਹਿਲਾਂ ਤਾਂ ਮਹਿੰਗੇ ਭਾਅ 'ਤੇ ਸਾਨੂੰ ਪਲਾਟ ਵੇਚੇ ਗਏ ਅਤੇ ਹੁਣ ਦੁਬਾਰਾ ਫਿਰ ਸਾਡੇ 'ਤੇ ਕਰੋੜਾਂ ਰੁਪਏ ਦਾ ਭਾਰ ਪਾਇਆ ਜਾ ਰਿਹਾ। ਮਾਮਲਾ ਇਹ ਹੈ ਕਿ ਸੰਨ 2003-04 ਦੇ ਵਿੱਚ ਜਲੰਧਰ ਇੰਪਰੂਵਮੈਂਟ ਟਰੱਸਟ ਨੇ ਇੱਕ ਕਲੋਨੀ ਕੱਟੀ ਸੀ ਜਿਹਦਾ ਨਾਂ ਸੂਰਿਆ ਇਨਕਲੇਵ ਹੈ। 170 ਏਕੜ ਦੀ ਇਹ ਕਲੋਨੀ ਇਹਨਾਂ ਨੇ ਕੱਟੀ ਹੈ ਔਰ ਉਸ ਵੇਲੇ ਜਦੋਂ ਇਹਨਾਂ ਨੇ ਕਲੋਨੀ ਕੱਟੀ ਲੋਕਾਂ ਕੋਲੋਂ 3 ਕੈਟੇਗਰੀਆਂ 'ਚ 50,000, 75,000, 1,00,000 ਰੁਪਏ ਮੁੱਲੇ ਦੇ ਨਾਲ ਪਲਾਟ ਵੇਚੇ ਹੈ। ਅਸੀਂ ਲੋਕਾਂ ਨੇ ਉਸ ਵੇਲੇ ਪਲਾਟ ਲੈ ਕੇ ਕਿਸੇ ਨਾ ਕਿਸੇ ਤਰ੍ਹਾਂ ਔਖੇ ਹੋ ਕੇ ਘਰ ਬਣਾਇਆ ਆਪਣਾ। ਜ਼ਿੰਦਗੀ ਦਾ ਹਰ ਇੱਕ ਦਾ ਸੁਪਨਾ ਦਾ ਘਰ ਇੱਕ ਹੋਣਾ ਚਾਹੀਦਾ। ਸੋ ਉਸ ਵੇਲੇ ਇਹਨਾਂ ਨੇ ਜਦੋਂ ਸਕੀਮ ਵੇਚੀ ਹੈ ਤਕਰੀਬਨ 90-95 ਕਰੋੜ ਰੁਪਈਆ ਇਹਨਾਂ ਨੇ ਕਮਾਇਆ। RTA 'ਚ ਆਪਾਂ ਜਵਾਬ ਲਿੱਤੇ, ਇਹਨਾਂ ਕੋਲੋਂ ਪਤਾ ਲੱਗਾ ਸਾਨੂੰ ਜਿਹੜੇ ਪਲਾਟ ਵਿੱਚ 90 ਕਰੋੜ ਦੇ ਕਰੀਬ ਉਸ ਲਈ ਪੈਸਾ ਇਕੱਠਾ ਕਰ ਲਿਆ। ਅਲੱਗ ਅਲੱਗ ਬੋਲੀਆਂ ਦੇ ਰਾਹੀਂ ਇਹਨਾਂ ਨੇ 65 ਕਰੋੜ ਰੁਪਈਆ ਦੁਬਾਰਾ ਇਕੱਠਾ ਕੀਤਾ। ਉਸ ਤੋਂ ਬਾਅਦ 3-4 ਜ਼ਮੀਨਾਂ ਵੱਡੀਆਂ ਲੈਂਡ ਬੈਂਕ ਵਿੱਚ ਇਹਨਾਂ ਨੇ BJP ਨੂੰ ਆਫਿਸ ਵੇਚਿਆ, ਇੱਕ CPWD ਨੂੰ ਬਿਲਡਿੰਗ ਵੇਚੀ ਹੈ, CA ਐਸੋਸੀਏਸ਼ਨ ਦਾ ਇੱਕ ਆਫਿਸ ਵੇਚਿਆ। ਸੋ ਇਹੋ ਜਿਹੀਆਂ ਜਗ੍ਹਾ ਵੇਚ ਕੇ ਵੀ ਕਰੋੜਾਂ ਰੁਪਏ ਇਕੱਠਾ ਕੀਤੇ ਔਰ ਅੱਜ 2019 ਤੱਕ ਵੀ ਇਹਨਾਂ ਕੋਲੋਂ 160 ਕਰੋੜ ਦੇ ਕਰੀਬ ਦੀ ਜਿਹੜੀ ਜ਼ਮੀਨ ਹੈ ਇਹ ਸੂਰਿਆ ਇਨਕਲੇਵ 'ਚ ਹਾਲੇ ਰਿਜ਼ਰਵ ਪਈ ਹੈ, ਜਿਹਨੂੰ ਇਹ ਵੇਚ ਸਕਦੇ ਆ। ਇਹਨਾਂ ਦਾ ਆਪਣਾ ਲੈਂਡ ਬੈਂਕ ਪਿਆ ਅਤੇ ਇੰਨਾ ਕੁਝ ਹੋਣ ਦੇ ਬਾਵਜੂਦ ਸਾਡੇ ਲੋਕਾਂ ਨੂੰ ਇੱਕ ਅਨਾਊਂਸਮੈਂਟ ਦੇ ਨਾਂ 'ਤੇ ਨੋਟਿਸ ਭੇਜ ਕੇ ਸਾਰਿਆਂ ਨੂੰ ਤੰਗ ਕਰ ਰਹੇ ਆ ਵੀ ਇਹ ਪੈਸੇ ਦਿਓ ਅਨਾਊਂਸਮੈਂਟ ਦੇ, ਵੀ ਸਾਡੇ 'ਤੇ ਅਨਾਊਂਸਮੈਂਟ ਲੱਗੀ ਹੈ ਤਕਰੀਬਨ 40 ਕਰੋੜ ਰੁਪਈਆ ਇਹ ਸਾਡੇ ਇਲਾਕਾ ਨਿਵਾਸੀਆਂ ਤੋਂ ਇਕੱਠਾ ਕਰਨ ਜਾ ਰਹੇ ਆ, ਜਿਹੜਾ ਕਿ ਬਹੁਤ ਵੱਡਾ ਇੱਕ ਧੋਖਾ ਆ। ਜਿਹੜੇ ਇਸ ਬੰਦੇ ਨੇ 50,000 ਰੁਪਇਆ ਮਰਲਾ ਇੱਥੇ ਜਗ੍ਹਾ ਲਈ, ਰਿਜ਼ਰਵ ਪ੍ਰਾਈਸ ਸੀਗਾ ਇਹਨਾਂ ਦਾ 4-6-8 ਮਰਲੇ ਦਾ, ਅੱਜ ਉਹ 45,000 ਰੁਪਇਆ ਅਨਾਊਂਸਮੈਂਟ ਕਿੱਥੋਂ ਦੇਗਾ? ਰਿਟਾਇਰਡ ਲੋਕ ਹੈ, ਆਪਣੀ ਸਾਰੀ ਜਮ੍ਹਾਂ ਪੂੰਜੀ ਇਕੱਠੀ ਕਰਕੇ ਇੱਕ ਘਰ ਬਣਾਉਂਦਾ ਵਿਅਕਤੀ ਔਰ ਜੀਵਨ 'ਚ ਇੱਕ ਘਰ ਬਣਦਾ, ਉਹ ਘਰ ਬਣਾ ਕੇ ਅਸੀਂ ਬੱਚਿਆਂ ਨੂੰ ਸੁਰਖਰੂ ਕੀਤਾ ਕਿ ਅੱਜ ਉਹਨਾਂ ਨੂੰ ਕਰਜ਼ਾ ਦੇ ਕੇ ਅਸੀਂ ਉਹਨਾਂ ਨੂੰ ਦੁਖੀ ਪ੍ਰਤਾੜਿਤ ਕਰ ਦਿੱਤਾ। ਇਸ ਮੁਸੀਬਤ 'ਚ ਫਸੇ ਲੋਕਾਂ ਦੀ ਸਾਰ ਲੈਣ ਲਈ ਜਲੰਧਰ ਦੇ MP ਸੰਤੋਖ ਚੌਧਰੀ ਤੇ MLA ਰਾਜਿੰਦਰ ਬੇਰੀ ਪਹੁੰਚੇ, ਜਿਨ੍ਹਾਂ ਕਲੋਨੀ ਵਾਸੀਆਂ ਨੂੰ ਇਸ ਮੁਸੀਬਤ 'ਚੋਂ ਕੱਢਣ ਦਾ ਭਰੋਸਾ ਦਵਾਇਆ। ਜਲੰਧਰ ਦੀ ਬਹੁਤ ਚਰਚਿਤ ਕਲੋਨੀ ਸੂਰਿਆ ਇਨਕਲੇਵ ਇੰਨੇ ਚਰਚਾ 'ਚ ਨਹੀਂ ਰਹਿੰਦੀ ਜਿੰਨੇ ਵਿਵਾਦਾਂ 'ਚ ਰਹਿੰਦੀ ਹੈ, ਹੁਣ ਫਿਰ ਉਹਦਾ ਨਵਾਂ ਇੱਕ ਵਿਵਾਦ ਉੱਠਿਆ। ਸਾਡੇ ਨਾਲ ਜਲੰਧਰ ਦੇ ਸਾਂਸਦ ਸੰਤੋਖ ਚੌਧਰੀ ਹੈਗੇ। ਚੌਧਰੀ ਸਾਹਿਬ, ਇਹਨਾਂ ਦਾ ਅੱਜ ਸੂਰਿਆ ਇਨਕਲੇਵ ਦੇ ਸਾਰੇ ਭੈਣਾਂ ਭਰਾ ਇੱਥੇ ਇਕੱਠੇ ਹੋਏ ਹੈ ਔਰ ਇਹਨਾਂ ਦੀ ਸਮੱਸਿਆ ਹੈ ਕਿ ਜਿਹੜੀ ਇਨਹਾਂਸਮੈਂਟ ਜਿਹੜੀ ਇਹਨਾਂ ਦੀ ਕਲੋਨੀ ਦੀ ਹੈਗੀ ਹੈ ਉਹ ਇਹਨਾਂ ਦੀ ਸਮੱਸਿਆ ਹੈ। ਮੈਂ ਸਮਝਦਾ ਕਿ ਇਨਸਾਨ ਇੱਕ ਵਾਰੀ ਆਪਣਾ ਘਰ ਬਣਾਉਂਦਾ ਔਰ ਉਹਨਾਂ ਨੂੰ ਸਮੇਂ ਸਟੈਪ ਬਾਈ ਸਟੈਪ ਦੁਆਰਾ ਪੈਸੇ ਦੇਣੇ ਪੈਣ ਤਾਂ ਇੱਕ ਵੱਡਾ ਸਮੱਸਿਆ ਹੁੰਦੀ ਹੈ, ਪਰ ਮੈਂ ਹੁਣੇ ਪ੍ਰਸ਼ਾਸਨ ਨਾਲ ਗੱਲ ਕੀਤੀ ਹੈ, ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਨਾਲ ਗੱਲ ਕੀਤੀ ਔਰ ਉਹਨਾਂ ਨੂੰ ਇਹੀ ਕਿਹਾ ਕਿ ਇਸ ਦੀ ਸਾਰੀ ਪਹਿਲਾਂ ਕੋਕ ਕਰੋ ਕਿ ਇਹਦੀ ਜਦੋਂ ਅਕਵਾਇਰ ਹੋਈ ਸੀ ਜਾਂ ਕਿੰਨੀ ਇਹਦੀ ਆਮਦਨ ਹੋਈ ਸੀ, ਕਿੰਨੀ ਇਹਨਾਂ ਨੂੰ ਦਿੱਤੀ ਹੈ, ਉਸ ਤੋਂ ਬਾਅਦ ਅਸੀਂ ਦੇਖਾਂਗੇ ਗਵਰਨਮੈਂਟ ਲੈਵਲ 'ਤੇ ਸਟੇਟ ਲੈਵਲ 'ਤੇ ਅਸੀਂ ਗੱਲ ਕਰਾਂਗੇ। ਅਸੀਂ ਕੋਸ਼ਿਸ਼ ਕਰਾਂਗੇ ਕਿ ਇਹਨਾਂ ਨੂੰ ਇਸ ਸੰਕਟ 'ਚੋਂ ਕੱਢੀਏ। ਅੱਛਾ, ਜਿਹੜੇ ਇਹ ਪੈਸੇ ਦੁਬਾਰਾ ਲੈਣ ਦੀ ਗੱਲ ਉੱਠ ਰਹੀ ਹੈ, ਇਹ ਅਚਾਨਕ ਕਿਉਂ ਇਹ ਮਾਮਲਾ ਸਾਹਮਣੇ? ਇਹ ਕਿਹਾ ਗਿਆ ਕਿ ਜਿਹੜੇ ਲੋਕ ਜਿਨ੍ਹਾਂ ਦੀਆਂ ਜ਼ਮੀਨਾਂ ਅਕਵਾਇਰ ਹੁੰਦੀਆਂ ਉਹ ਫਿਰ ਕੋਰਟਾਂ 'ਚ ਜਾਂਦੇ ਆ, ਕੋਰਟ ਫਿਰ ਉਸ ਨੂੰ ਇਨਹਾਂਸ ਕਰਦੇ ਆ। ਸੋ ਮੇਰਾ ਖਿਆਲ ਕੋਰਟ ਦੇ ਕੋ ਹੁਕਮ ਹੈ, ਉਹ ਸਾਰੀ ਗੱਲ ਜੇ ਅਸੀਂ ਜਾਂਚ ਕਰਾਂਗੇ, ਕੋਕ ਕਰਾਂਗੇ ਉਸ ਦੇ ਨਾਲ ਔਰ ਦੇਖਾਂਗੇ ਕਿ ਅਸੀਂ ਕੋਸ਼ਿਸ਼ ਕਰਾਂਗੇ ਕਿ ਇਹਨਾਂ ਦੀ ਮਦਦ ਕਰਾਂਗੇ। ਜਲੰਧਰ ਦੀ ਬਹੁਤ ਚਰਚਿਤ ਕਲੋਨੀ ਸੂਰਿਆ ਇਨਕਲੇਵ ਜਿੱਥੋਂ ਦਾ ਵਿਵਾਦ ਇੱਕ ਉੱਠਿਆ ਸੀ ਕਿ ਇਹਨਾਂ ਨੇ ਇੱਕ ਵਾਰੀ ਕਲੋਨੀ ਦੇ ਪੈਸੇ ਦੇ ਦਿੱਤੇ ਆ ਪਰ ਇੰਪਰੂਵਮੈਂਟ ਟਰੱਸਟ ਇਹਨਾਂ ਕੋਲੋਂ ਦੁਬਾਰਾ ਪੈਸੇ ਵਸੂਲਣ ਲਈ 37,000-38,000 ਰੁਪਏ ਮੰਗ ਰਿਹਾ ਹੈ, ਕਿਉਂਕਿ ਜਦੋਂ ਇਹ ਜ਼ਮੀਨ ਜਿਹੜੀ ਹੈਗੀ ਆ ਜਿਹੜੇ ਕਿਸਾਨਾਂ ਦੀ ਹੈਗੀ ਉਹਨਾਂ ਕਿਸਾਨਾਂ ਨੇ ਸੁਪਰੀਮ ਕੋਰਟ ਦੇ ਵਿੱਚ ਕੇਸ ਲਗਾ ਦਿੱਤਾ ਕਿ ਉਹਨਾਂ ਨੂੰ ਉਹਨਾਂ ਦੀ ਜ਼ਮੀਨਾਂ ਦੇ ਪੈਸੇ ਜਿਹੜੇ ਆ ਘੱਟ ਮਿਲੇ ਆ, ਤਾਂ ਹੁਣ ਪ੍ਰਤੀ ਮਰਲਾ ਜਿਹੜਾ ਆ ਉਹਨਾਂ ਨੂੰ ਪੈਸੇ ਦੁਬਾਰਾ ਦਿੱਤੇ ਜਾਣ ਜਿਹੜੇ 37-38,000 ਰੁਪਇਆ ਇੰਪਰੂਵਮੈਂਟ ਟਰੱਸਟ ਦੁਆਰਾ ਦੁਬਾਰਾ ਮੰਗਿਆ ਜਾ ਰਿਹਾ ਹੈ। ਕੈਮਰਾਮੈਨ ਪਵਨ ਕਨੌਜੀਆ ਦੇ ਨਾਲ ਮਨਦੀਪ ਸਿੰਘ, ਦੈਨਿਕ ਸਵੇਰਾ TV, ਜਲੰਧਰ।